ਲਓ ਬਈ ਸਜਣੋ ਮਿੱਤਰੋ ਵੇਲਿਓ ਕਿੱਦਾਂ ਹਾਲ ਚਾਲ ਠੀਕ ਠਾਕ ਹੋ ਤੇ ਜੱਟ ਨੂੰ ਚੁੜੇਲ ਟੱਕਰੀ ਸਾਨੂੰ ਕਦੋਂ ਟੱਕਰੇਗੀ ਹੈਂ ਸਾਨੂੰ ਕਦੋਂ ਟੱਕਰੇਗੀ ਤੈਨੂੰ ਟੱਕਰੀ ਤੇ ਹੈ ਸੀ ਹੈਂ ਬਾਕੀ ਚੁੜੇਲ ਤੈਨੂੰ ਟੱਕਰੀ ਨਹੀਂ ਸੀ ਟੱਕਰੀ ਸੀ ਤੈਨੂੰ ਥੋੜਾ ਜਿਹਾ ਜ਼ੇਹਨ ਦੇ ਉੱਤੇ ਜ਼ੋਰ ਪਾ ਜ਼ੋਰ ਪਾ ਉਹ ਹੀ ਦੱਸਿਆ ਕਿ ਬਦਾਮ ਚੁੰਡਾ ਕਰਕੇ ਲਾਈ ਹੈ ਹੈਂ ਤਦਾਂ ਚੁੰਡਾ ਕਰਕੇ ਲਾਈ ਹੈ ਚਲੋ ਜੀ ਜੱਟ ਨੂੰ ਚੁੜੇਲ ਟੱਕਰੀ ਆਪਾਂ ਵੇਖਣ ਲੱਗੇ ਹਾਂ ਜੀ ਤੇ ਉਹ ਸਨੀ ਵੀਰਾ ਆਉਂਦਾ ਜਦੋਂ ਉਹਨੇ ਫਿਰ ਇੰਜ ਕਰਕੇ ਓਪਨ ਯੂਅਰ ਮੁੱਥ ਤੇ ਮੈਂ ਕਿਹਾ ਹਾਂ ਚੁੜੇ ਓਕੇ ਚਲੋ ਜੱਟ ਨੂੰ ਚੁੜੇਲ ਟੱਕਰੀ ਆਪਾਂ ਵੇਖ ਰਹੀ ਹੈ ਟ੍ਰੇਲਰ ਆਇਆ ਪਹਿਲੇ ਆਪਾਂ ਟੀਜ਼ਰ ਵੀ ਇਹਦਾ ਵੇਖ ਚੁੱਕੇ ਹਾਂ ਗਿੱਪੀ ਭਾਜੀ ਸਰਗੁਣ ਮਹਿਤਾ ਤੇ ਰੂਪੀ ਗਿੱਲ ਤੇ ਫਲਾਣਾ ਟਿੰਗੜਾ ਤੇ ਕਈ ਇਹਦੇ ਵੀ ਬੜੇ ਵਧੀਆ ਕਰੈਕਟਰ ਨੇ ਮੈਨੂੰ ਯਾਦ ਆ ਗਿਆ ਦਾ ਆਪਾਂ ਟੀਜ਼ਰ ਵੇਖਿਆ ਸੀ ਵੀ ਬੰਦਾ ਮਰ ਕੇ ਭੂਤ ਬਣ ਜਾਂਦਾ ਜਨਾਨੀ ਮਰ ਕੇ ਵੀ ਚੜੇਲ ਦੀ ਚੜੇਲੇ ਰਹਿੰਦੀ ਆ ਮਰ ਕੇ ਵੀ ਚੜੇਲ ਮਰ ਕੇ ਵੀ ਚੜੇਲ ਯਾਰ ਤੁਸੀਂ ਫਸ ਚੁੱਕੇ ਹੋ ਮੇਰੇ ਕੋ ਮਰ ਕੇ ਵੀ ਚੜੇਲ ਤੁਹਾਨੂੰ ਕੁੱਤੇ ਇਸ ਵਾਰ ਦਾ ਸਲੇ ਤੇਰੇ ਤੇ ਵੀ ਹੈ ਨਹੀਂ ਸਾਡੇ ਦਲਾਗਰਾ ਦੇ ਤੇ ਆ ਵਿਆਹ ਕਰਾ ਲੈ ਫਿਰ ਪਹਿਲੀ ਵਾਰੀ ਤੱਕੀ ਸੀ ਮੈਂ ਨਜ਼ਰਾਂ ਦੇ ਨਾਲ ਟੱਕੀ ਸੀ ਤੁਸੀਂ ਕਿੱਥੇ ਰਹਿੰਦੇ ਹੋ ਜੀ ਪਹਾੜਾਂ 'ਚ ਅਸੀਂ ਮੈਦਾਨਾਂ 'ਚ ਮੇਰਾ ਤਾਂ ਬਚਪਨ ਦਾ ਸੁਪਨਾ ਹੈ ਕਿ ਮੇਰੇ ਬੱਚਿਆਂ ਦੇ ਨਾਨਕੇ ਨਾ ਪਹਾੜਾਂ 'ਚ ਹੋਣ ਪਾਪਾ ਪਾਪਾ ਅਸੀਂ ਪਹਾੜ ਚੜ੍ਹਨਾ ਹੈ ਮੈਂ ਉਹਨਾਂ ਨੂੰ ਕਿਹਾ ਹਰ ਤੁਸ ਸਾਲਿਓ ਪਹਿਲਾਂ ਪਾਪੇ ਨੂੰ ਤਾਂ ਪਹਾੜ ਚੜ੍ਹ ਲੈਣ ਦੋ ਉਹ ਲੰਮਿਆਂ ਦੰਦਾਂ ਵਾਲੀ ਹਾਂ ਜੱਟ ਨੂੰ ਯਾਰ ਡੇਲਿਆਂ ਦਾ ਰੰਗ ਬਦਲ ਲੈਂਦੀ ਆ ਉਹ ਹਾਂ ਜੱਟ ਨੂੰ ਬਸ ਬਸ ਵੀਰੇ ਜਿਨ੍ਹਾਂ ਦਾ ਵਾ ਰੋਜ਼ ਚਿੜੇ ਲੈਣਾ ਪੈਂਦਾ ਉਹਨਾਂ ਨੂੰ ਇਦਾਂ ਦੇ ਮਜ਼ਾਕ ਨਹੀਂ ਲਾਉਂਦੇ ਹਾਂ ਜੱਟ ਨੂੰ ਜਿਹੜੇ ਕਿਰੀ ਆਇਆ ਪਰ ਘਟ ਕੇ ਸੀਨੇ ਦੇ ਨਾਲ ਨਾਲ ਗਾਜਰਾਂ ਦਾ ਜੂਸ ਪੀਤਾ ਜਾ ਰਿਹਾ ਯਾਦ ਨਹੀਂ ਆਪ ਜੀ ਆਪਦੇ ਦੋਸਤਾਂ ਨੂੰ ਕਿਹਾ ਕਰਦੇ ਸਨ ਕਿਆ ਤੁਹਾਡਾ ਲਹੂ ਪੀਂਦੀ ਹੈ ਮੈਂ ਕਿਹਾ ਮੈਂ ਸੱਚੀ ਮੁੱਚੀ ਪੀ ਕੇ ਦੇਖ ਲਾ ਕਿੰਨਾ ਪੀ ਕੇ ਦੱਸ ਸਵੇਰੇ ਸਵੇਰੇ ਦੋ ਗਲਾਸ ਤੋਂ ਬਾਅਦ ਕਿੱਥੇ ਪੀਤਾ ਜਾਂਦਾ ਇਸ ਤੋਂ ਪਹਿਲਾਂ ਮੈਂ ਸਾਰੇ ਪਿੰਡ 'ਚ ਮਜ਼ਾਕ ਦਾ ਪਾਤਰ ਬਣ ਜਾ ਆਪਾਂ ਨੂੰ ਕੁਛ ਕਰਨਾ ਪੈਣਾ ਜੇ ਤੂੰ ਦੂਜਾ ਵਿਆਹ ਕਰਵਾ ਲਵੇ ਤਾਂ ਇਹ ਤੇਰੀ ਜਾਨ ਬਖਸ਼ੂਗੀ ਸਾਨੂੰ ਔਰਤਾਂ ਨੂੰ ਚੜੇਲਾ ਕਹਿੰਦਾ ਇਹਦਾ ਕੋਈ ਕਸੂਰ ਨਹੀਂ ਇਹਦਾ ਵਾਈ ਚੜੇਲਾ ਨਾ ਪਿਆ ਪਹਿਲੀ ਵਾਰੀ ਤਾਂ ਇਹਨੂੰ ਪਰੀ ਟੱਕਰੀ ਆ ਬਿੱਲੀ ਬਾਂਦਰਾਂ 'ਚ ਪੱਟੇ ਜਿਹੜੇ ਮਾਰੇ ਤੂੰ ਦੇਖਦਾ ਜਾਈ ਮੈਂ ਉਹਨੂੰ ਕਿੰਨੀ ਉਂਗਲਾਂ ਦੇ ਨਚਾਉਣੀ ਆ ਇੱਕ ਵਾਰੀ ਬਸ ਗੁਦਰੀ ਫੜ ਲਾ ਫੇਰ ਭਾਵੇਂ ਰੱਬ ਨੇ ਦੂਜੇ ਦਿਨ ਚੱਕ ਲੈ ਤੂੰ ਉੱਤੇ ਕੀ ਦੇਖਦਾ ਪੁੱਤ ਰੱਬ ਕੋਲ ਨੂੰ ਜਾਂਦੀ ਦਿਖ ਰਹੀ ਆ ਤੂੰ ਬੇਬੇ ਬੇਨੂੰ ਜੀਪੀ ਜੀਪੀ ਮੇਰੀ ਅੱਖ ਦੇ ਗੋਡੇ ਧਰ ਲੈ ਤੂੰ ਭਾਬੀ ਤੁਸੀਂ ਹਾਂ ਅਸੀਂ ਕੁੱਤੇ ਪਈ ਨੂੰ ਤਾਂ ਚੱਕ ਕੇ ਲੈ ਉਹ ਭਾਬੀ ਮੈਂ ਨਾਲ ਜੀਸੀਬੀ ਲੈ ਕੇ ਗਿਆ ਸੀ ਹਾਏ ਭੂ ਹਾਏ ਭੂ ਇੱਕ ਮਾਸ਼ਾ ਤਮਾਸ਼ਾ ਕਿਉਂ ਪੂਰਾ ਟੱਬਰ ਸੂਲੀ ਤੇ ਟੰਗਿਆ ਸਾਡਾ ਖੇੜਾ ਕਦੋਂ ਛੱਡੇਗੀ ਹੁਣ ਤਾਂ ਜਿਉਣਾ ਮਰਨਾ ਨਾਲ ਹੀ ਹੈ ਤੂੰ ਅੱਗੇ ਅੱਗੇ ਦੇਖ ਹੁੰਦਾ ਕੀ ਅੱਜ ਦੇ ਦਿਨ ਨਾ ਬੱਕਰੇ ਦਾ ਮੀਟ ਨਾ ਖਾਏ ਓ ਬੱਕਰੀ ਦਾ ਮੀਟ ਉਹ ਭਰਜਾਈ ਦਾ ਢਿੱਡ ਤਾਂ ਨੀ ਖਰਾਬ ਸੀ ਹੋਏ ਰੀਠੇ ਜਿਗਣੇ ਪਏ ਨੇ ਬੰਦੇ ਦੇ ਅੰਦਰ ਵੀ ਇੱਕ ਭੂਤ ਹੁੰਦਾ ਜਿਹੜਾ ਦੋ ਪੈਗ ਜ਼ਿਆਦਾ ਲਾਏ ਤੇ ਉੱਠਦਾ ਉਹ ਭਰਜਾਈ ਕਿਸੇ ਹੌਲੀ ਜੀ ਨੂੰ ਚੱਕ ਲੈ ਤੇਰੇ ਧਰਨ ਪੈ ਜਾਣੀ ਪੰਦਰਾਂ ਮਾਰਚ ਭਾਬੀ ਕੌਣ ਸੀ ਇੱਕ ਫਿਲਮ ਦੇ ਵਿੱਚ ਗਿੱਪੀ ਦੇ ਨਾਲ ਵਿਆਹ ਕਰਨ ਆਈ ਸੀ ਮੋਟਰਸਾਈਕਲ ਰਹਿੰਦੀ ਹੁੰਦੇ ਜਿਹੜਾ ਉਹਦੀ ਜਗ੍ਹਾ ਤੇ ਅਗਰ
ਦਲਜੀਤ ਦੋਸਾਂਝ ਹੁੰਦਾ ਤੇ ਉਹਦੀ ਜਗ੍ਹਾ ਤੇ ਬੀਐਨ ਸ਼ਰਮਾ ਦੀ ਜਗ੍ਹਾ ਤੇ ਕਿਵੇਂ ਉਹੀ ਰੋਲ ਹੋਣਾ ਸੀ ਉਹਨੂੰ ਰੋਲ ਦਿੱਤਾ ਸੀ ਨਾ ਜੀ ਅਨੁਪਮ ਖੱਟਰ ਨਾਲ ਉਹਨੂੰ ਤਾਂਤਰਿਕ ਬਣਾਇਆ ਸੀ ਹਾਂ ਤਾਂਤਰਿਕ ਉਹਨੂੰ ਬਣਾਇਆ ਉਹ ਜਿਵੇਂ ਉਹ ਸਰਦਾਰ ਜੀ ਮੂਵੀ ਦੇ ਵਿੱਚ ਨਹੀਂ ਚੜੇਲਾ ਚੜੂਲਾ ਕਹਿ ਦਿੱਤਾ ਲੇਕਿਨ ਉਹਦਾ ਇੱਥੇ ਰੋਲ ਹੁੰਦਾ ਤੇ ਬੜੀ ਜ਼ਿਆਦਾ ਫਨੀ ਨਹੀਂ ਸੀ ਹੋ ਜਾਣੀ ਲੇਕਿਨ ਫਿਲਮ ਮੇ ਬੀ ਆਊਟ ਆਫ ਬਜਟ ਹੋ ਜਾਂਦੀ ਜ਼ਿਆਦਾ ਦੂਰ ਟੁਰ ਜਾਂਦੀ ਕਿਉਂਕਿ ਦਲਜੀਤ ਨੇ ਵੀ ਫਿਰ ਰੁਪਈਏ ਲੈਣੇ ਸਨ ਚੰਗੇ ਠੀਕ ਠਾਕ ਲੇਕਿਨ ਬੀਐਨ ਨੇ ਤਾਂ ਲਏ ਹੋਣਗੇ ਨਾ ਜਿੰਨੇ ਕੋਲ ਲੇਕਿਨ ਦੋਵੇਂ ਗਿੱਪੀ ਦਾ ਇਹ ਰੋਲ ਸਰਗੁਣ ਮਹਿਤਾ ਤੇ ਦਲਜੀਤ ਹੁੰਦਾ ਤਾਂਤਰੀ ਸਟੋਰੀ ਵਿੱਚ ਸਟੋਰੀ ਬੜੀ ਵਧੀਆ ਤਾਂਤਰਿਕ ਬੁਲਾਇਆ ਬੜਾ ਚੋਟੀ ਦਾ ਉੱਥੇ ਆਉਂਦੇ ਸਰਦਾਰ ਸਰਦਾਰ ਜੀ ਓਏ ਛੋਡੂ ਛੋਡੂ ਸਰਦਾਰ ਨਹੀਂ ਹੈ ਸਰਦਾਰ ਜੀ 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 ਹੈਨਾ ਉਹ ਫਿਰ ਜ਼ਰਾ ਇੰਟਰਲਿੰਕ ਹੋ ਜਾਂਦਾ ਇਹਦੇ ਨਾਲ ਤਾਂ ਬੜਾ ਵਧੀਆ ਹੋ ਸਕਦਾ ਸੀ ਲੇਕਿਨ ਹੁਣ ਵੀ ਮੂਵੀ ਵਧੀਆ ਲੱਗੇਗੀ ਉਹ ਜਦੋਂ ਮੱਖੀ ਬਣਾਤੀ ਤੇ ਉਹ ਕਿਤੇ ਕਿਤੇ ਜਾ ਕੇ ਬਹਿਣ ਨਹੀਂ ਕਦੀ ਉਹਨੂੰ ਬੱਕਰੀ ਬਣਾ ਬੱਕਰੀ ਬਣਾਉਂਦਾ ਕਹਿੰਦਾ ਚੰਗੇ ਘਰ ਦੀਆਂ ਕੁੜੀਆਂ ਗੰਦ ਚ ਮੂਹਰੀ ਮਾਰਦੀ ਆ ਉਹ ਗੋਹੇ ਤੇ ਬੈਠੀ ਹੁੰਦੀ ਆ ਤੇ ਮੱਖੀ ਨੂੰ ਅੱਛਾ ਭਰਾਈ ਵੀ ਨੇ ਗੰਦੀ ਮੱਖੀ ਸੀ ਦੂਜੀ ਮੱਖੀ ਬਣਾ ਦਿੰਦੇ ਸਭ ਤੋਂ ਗੰਦੀ ਮੱਖੀ ਭਰਾਈ ਜਿਹੜੀ ਗੰਦੀ ਪੈਂਦੀ ਚਲੋ ਬਾਕੀ ਕਿੱਦਾਂ ਲੱਗਿਆ ਜੀ ਟ੍ਰੇਲਰ ਆਪਾਂ ਟੀਜ਼ਰ ਤੇ ਵੇਖਿਆ ਸੀ ਲੇਕਿਨ ਟ੍ਰੇਲਰ ਆ ਗਿਆ 15 March 2024 ਨੂੰ ਆ ਰਹੀ ਹੈ ਭਾਈ ਜੀ ਸਿਨੇਮਿਆਂ ਦੇ ਵਿੱਚ ਤੇ ਫਿਰ ਲੱਗੇਗਾ ਪਤਾ ਕਿੱਦਾਂ ਜਾਂਦੀ ਹੈ ਚਲੋ ਬਾਕੀ ਵਧੀਆ ਲੱਗ ਰਹੀ ਸਟੋਰੀ ਮਿਲਦੇ ਹਾਂ ਆਪਾਂ ਹੁਣ ਅਗਲੀ ਵੀਡੀਓ ਵਿੱਚ